ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਦਾ ਕਮੈਂਟ ਆਇਆ ਸੀ ਕਿ ਮੈਂ ਪਹਿਲੀ ਵਾਰ ਕਸ਼ਹਿਰਾ ਪਾਉਣਾ ਤੇ ਮੇਰੇ ਕੋ ਕੋਈ ਨਾਪ ਨਹੀਂ ਮੈਂ ਕਿੰਨਾ ਕਿੰਨੀ ਮੂਰੀ ਰੱਖਾਂ ਕਿੰਨਾ ਇੱਧਰ ਨੂੰ ਸਾਈਡ ਨੂੰ ਰੱਖਾਂ ਕਿੰਨਾ نیچے ਨੂੰ ਰੱਖਾਂ ਨਹੀਂ ਮੈਂ ਤੇ ਕਿੰਨੀ ਝੋਲੀ ਰੱਖਾਂ ਠੀਕ ਆ ਆਪਾਂ ਹੁਣ ਜੇਕਰ ਬਿਨਾਂ ਨਾਪ ਤੋਂ ਕੋਈ ਕਸ਼ਹਿਰਾ ਬਣਾਉਣਾ ਆਪਾਂ ਨੂੰ ਕੀ ਕੀ ਚਾਹੀਦਾ ਕੀ ਕੀ ਨਾਪ ਚਾਹੀਦਾ ਹੁੰਦਾ ਕਸ਼ਹਿਰੇ ਦਾ ਆਪਾਂ ਕਿਹੜੇ ਹਿਸਾਬ ਨਾਲ ਬਣਾ ਸਕਦੇ ਆ ਕਸ਼ਹਿਰਾ ਜੇ ਕੋ ਆਪਣੇ ਕੋ ਕੋਈ ਨਾਪ ਹੀ ਨਹੀਂ ਹੈਗਾ ਤੇ ਆਪਾਂ ਨੇ ਅਪਾਰਟਮੈਂਟ ਨਾਮ ਦਾ ਆਪਦਾ ਠੀਕ ਐ ਇਦਾਂ ਕਰਕੇ ਰਾਉਂਡ ਸ਼ੇਪ ਚ ਇਦਾਂ ਲੈ ਕੇ ਆਪਦਾ ਪੱਟ ਮਣ ਲਓ ਸਿਰਫ ਇੱਕ ਆਪਾਂ ਨੂੰ ਪੱਟ ਦਾ ਚਾਹੀਦਾ ਨਾਪ ਸਿਰਫ ਪੱਟ ਦਾ ਠੀਕ ਐ ਤੇ ਆਹ ਦੇਖੋ ਇਦਾਂ ਰਾਉਂਡ ਸ਼ੇਪ ਦੇ ਵਿੱਚ ਮਣ ਲੈਣਾ ਇਦਾਂ ਕਰਕੇ ਇਦਾਂ ਜਿੰਨੇ ਤੇ ਮੁੜ ਕੇ ਇਦਾਂ ਰਾਉਂਡ ਹੋ ਕੇ ਇਦਾਂ ਆਇਆ ਲੱਗਿਆ ਹਨ ਤੇ 28 ਇੰਚ ਤੇ ਆ ਗਿਆ 28 ਇੰਚ ਪੱਟ ਹੋਇਆ ਭਾਰੀ ਨਾਪ ਹੁੰਦਾ ਪੂਰਾ ਫੇਰ ਤਾਂ ਆਪਾਂ 15 15.5 ਇੰਚ ਮੂਰੀ ਰੱਖ ਲਓ ਕਿਉਂਕਿ ਆਪਾਂ ਮੂਰੀ ਥੋੜੀ ਜਿਹੀ ਡੇਢ 2 ਇੰਚ ਖੁੱਲੀ ਰੱਖਣੀ ਹੈ ਡੇਢ ਇੰਚ ਰੱਖ ਲਓ ਜਿਆਦਾ ਠੀਕ ਹੈ ਤੇ ਉਹਦੇ ਤੋਂ ਆਪਾਂ ਖੁੱਲੀ ਰੱਖਣੀ ਹੈ ਪੱਟ ਤੋਂ ਕਿਉਂਕਿ ਆਪਾਂ ਜਦੋਂ ਬੰਨਦੇ ਉੱਠਦੇ ਆ ਆਪਾਂ ਨੂੰ ਕੋਈ ਵੀ ਪ੍ਰੋਬਲਮ ਹੋ ਨਾ ਹੋਵੇ ਆਪਣਾ ਤੰਗ ਜੀ ਨਾ ਹੋਵੇ ਠੀਕ ਹੈ ਇਸ ਲਈ ਆਪਾਂ ਪੱਟ ਜਿੰਨਾ ਆਪਣਾ ਪੱਟ ਆ ਗਿਆ ਇਦਾਂ ਫੋਲਡ ਕਰਨ ਤੋਂ ਬਾਅਦ 27 28 ਇੰਚ ਜਿੰਨਾ ਵੀ ਆ ਗਿਆ ਆਪਾਂ ਉਹਦੇ ਤੋਂ ਡੇਢ ਇੰਚ ਤੁਸੀਂ ਰੱਖੋ ਠੀਕ ਹੈ ਜਿਆਦਾ ਮੂਰੀ ਤੇ ਹੁਣ ਆਪਣਾ ਮੰਨ ਲਓ ਵੀ ਜੇ 24 ਇੰਚ 24 25 ਇੰਚ ਪੱਟ ਆ ਗਿਆ ਐਦਾਂ ਫੋਲਡ ਕਰਨ ਤੋਂ ਬਾਅਦ 24 ਬਚੀ ਹੈ ਨਾ ਫੇਰ ਆਪਾਂ ਇਹ ਤਦ ਫੇਰ 13.5 ਜਾਂ 14 ਇੰਚ ਮੂਰੀ ਰੱਖ ਲੈਣੀ ਆ ਠੀਕ ਆ ਤੇ ਜੇ 26 ਇੰਚ ਆ ਫੇਰ ਆਪਾਂ 14 ਇੰਚ ਰੱਖ ਲੈਣੀ ਆ ਤੇ ਜੇ 28 ਇੰਚ ਪੱਟ ਆ ਗਿਆ ਫੇਰ ਆਪਾਂ 15 ਇੰਚ ਮੂਰੀ ਰੱਖੋ ਖੁੱਲੀ ਰੁਲੀ ਠੀਕ ਆ ਤੇ ਬੈਠਦੇ ਉੱਠਦੇ ਨੂੰ ਆਪਾਂ ਨੂੰ ਕੋਈ ਵੀ ਤੰਗ ਨਾ ਹੋਵੇ ਆਪਾਂ ਦਾ ਸਿਰਫ ਇਹਦਾ ਮੂਰੀਆਂ ਕੱਢ ਲੈਣੀਆਂ ਨੇ ਪੱਟ ਮੈਣ ਕੇ ਠੀਕ ਹੈ ਜਦੋਂ ਆਪਣੇ ਕੋਲ ਮੂਰੀਆਂ ਆ ਗਈਆਂ ਫਿਰ ਇਦਾਂ ਦੇਖੋ ਇਦਾਂ ਫੋਲਡ ਕਰਿਆ ਹੈ ਇਹਦਾ ਇਹ ਕਪੜਾ ਵੀ ਆਪਣਾ ਆਹ ਦੇਖੋ ਪਹਿਲਾਂ ਕੰਨੀ ਵਾਲਾ ਕਸ਼ਹਿਰਿਆਂ ਦਾ ਕਪੜਾ ਸਪੈਸ਼ਲ ਅਲੱਗ ਹੀ ਹੁੰਦਾ ਵਾ ਆਹ ਇਦਾਂ ਕੰਨੀਆਂ ਮੋੜ ਕੇ ਇਦਾਂ ਰੱਖ ਲੈਣਾ ਇਹ ਸਾਰਾ ਹੀ ਪਣਾ ਖੁੱਲਾ ਮਣੀਏ ਕੰਨੀ ਤੋਂ ਕੰਨੀ ਤੱਕ 35 ਇੰਚ ਹੁੰਦਾ 34 ਇੰਚ 35 ਇੰਚ ਹੁੰਦਾ ਤੇ ਜਦੋਂ ਆਪਾਂ ਇਹਨੂੰ ਇਦਾਂ ਕਰਕੇ ਫੋਲਡ ਕਰਕੇ ਕੰਨੀ ਨਾਲ ਕੰਨੀ ਜੋੜ ਕੇ ਰੱਖਦੇ ਆ ਇਹ ਸਾਰਾ ਇਸ 17 ਜਾਂ 17.5 ਇੰਚ ਇਦਾਂ ਹੁੰਦਾ ਠੀਕ ਹੈ ਤੇ ਹੁਣ ਆਪਾਂ ਨੇ ਇਹ ਸਫਾਈ ਕੱਪੜਾ ਹੁੰਦਾ ਜਿਹੜਾ ਇਹ ਇੰਨਾ ਕੀ ਇੰਨਾ ਕੀ ਪਣਾ ਹੁੰਦਾ ਇਹਦਾ ਤੇ ਹੁਣ ਆਪਾਂ ਨੇ ਇਦਾਂ ਕੰਨੀਆਂ ਨਾਲ ਕੰਨੀਆਂ ਜੋੜ ਕੇ ਰੱਖ ਲਈਆਂ ਠੀਕ ਹੈ ਫੋਲਡ ਹੋ ਗਿਆ ਨਾ ਕੱਪੜਾ ਇਧਰਲੀ ਸਾਈਡ ਤੋਂ ਫੋਲਡ ਹੋ ਗਿਆ ਤੇ ਆਹ ਵਾਲੀਆਂ ਬੜੀਆਂ ਕੰਨੀਆਂ ਜੋੜ ਕੇ ਰੱਖ ਲਈਆਂ ਠੀਕ ਹੈ ਤੇ ਹੁਣ ਆਪਣੇ ਕੋ ਨਾਪ ਕਿਹੜਾ ਲੈਣਾ ਆਪਾਂ ਪੱਟ ਦਾ ਨਾਪ ਮਿਲ ਲਿਆ ਠੀਕ ਹੈ ਜਿੰਨਾ ਆਪਣਾ ਪੱਟ ਆ ਗਿਆ ਜਿੰਨਾ ਮੈਨੂੰ ਕਿ ਇਦਾਂ ਮੁੜ ਕੇ ਆਇਆ 24 25 26 28 ਜਿੰਨਾ ਵੀ ਆ ਗਿਆ ਉਹ ਇਦਾਂ ਹੀ ਰੱਖਣਾ ਇਦਾਂ ਹੀ ਫੋਲਡ ਕਰਿਆ ਹੋਇਆ ਰੱਖਣਾ ਨਾ ਆਪਾਂ ਇਦਾਂ ਹੀ ਤੇ ਇਦਾਂ ਰੱਖ ਕੇ ਆਪਾਂ ਨੇ ਓਨੀ ਆਪਣਾ ਆਪਦੀ ਜਿੰਨਾ ਪੱਟ ਆਇਆ ਉਹਦੇ ਤੋਂ ਆਪਾਂ 1.5 ਇੰਚ ਜ਼ਿਆਦਾ ਹੀ ਮੂਰੀ ਰੱਖਣੀ ਆ ਠੀਕ ਆ ਹੁਣ ਮੰਨ ਲਓ ਮੇਰੇ ਕੋਲੇ 25 24 ਇੰਚ ਪੱਟ ਆ ਗਿਆ ਠੀਕ ਆ ਆਪਾਂ ਹੁਣ ਇਹਦੀ ਤੇ ਫਿਰ ਆਪਾਂ 14 ਇੰਚ ਮੂਰੀ ਰੱਖਾਂਗੇ ਠੀਕਾ ਖੁੱਲੀ ਡੂਲੀ ਆਪਾਂ ਨੂੰ ਬੈਠਣ ਉਹਦੇ ਨੂੰ ਤੰਗ ਨਹੀਂ ਆ ਤੰਗ ਨਾ ਹੋਈਏ ਠੀਕ ਤੇ ਇਸ ਲਈ ਹੁਣ ਆਪਾਂ ਇਹ ਆਪਾਂ ਜਿੰਨਾ ਆਪਣਾ ਪੱਟ ਮੈਨ ਲਿਆ ਮੈਂ ਫੇਰੇ ਦੁਬਾਰੇ ਦੁਬਾਰੇ ਮੈਨੂੰ ਤਾਂ ਦੱਸਣਾ ਪੈ ਜਾਂਦਾ ਕਈ ਵਾਰੀ ਵੀਡੀਓ ਚ ਇਦਾਂ ਹੁੰਦਾ ਵੀ ਬਾਰ ਬਾਰ ਦੱਸੀ ਜਾਂਦੇ ਆ ਤੇ ਮੈਨੂੰ ਇਦਾਂ ਵੀ ਕੋਈ ਗੱਲ ਮੈਨੂੰ ਇਦਾਂ ਹੁੰਦਾ ਵੀ ਕੋਈ ਰਹਿ ਨਾ ਜਾਵੇ ਠੀਕ ਕਿਸੇ ਗੱਲ ਦਾ ਤੁਹਾਨੂੰ ਪੁਲੇਖਾ ਨਾ ਲੱਗੇ ਵੀ ਸਮਝ ਨਾ ਆਵੇ ਕਿਤੇ ਤੇ ਆ ਦੇਖੋ ਇਦਾਂ ਆਪਾਂ ਜਿੰਨਾ ਪੱਟ ਫੋਲਡ ਕਰਨ ਤੋਂ ਬਾਅਦ ਆ ਗਿਆ ਆਪਾਂ 2 ਇੰਚੋਂ ਤੋਂ ਜ਼ਿਆਦਾ ਹੀ ਮੂਰੀ ਲਾ ਲੈਣੀ ਹੈ ਠੀਕ ਹੈ ਜੇ ਜੇ ਹੁਣ ਆਪਦਾ ਫੋਲਡ ਕਰਨ ਤੋਂ ਬਾਅਦ ਆਪਣਾ 24 ਇੰਚ ਪੱਟਾ ਆ ਠੀਕ ਹੈ ਤਾਂ ਇਦਾਂ ਇਹਦਾ ਇਦਾਂ ਫੋਲਡ ਕਰਾਇਆ ਤੇ ਨੀਚੇ ਕਪੜਾ ਤਾਂ ਉਹਦਾ ਸੈਂਟਰ 12 ਇੰਚ ਹੋ ਗਿਆ ਨਾ ਤੇ ਫਿਰ ਆਪਾਂ ਉਹਦੇ ਤੋਂ 14 ਇੰਚ ਦੇ ਉੱਤੇ ਮੂਰੀ ਰੱਖਾਂਗੇ ਠੀਕ ਹੈ ਤੇ ਜੇ ਤੁਹਾਡਾ 26 ਇੰਚ ਆ ਗਿਆ ਤਾਂ ਤੁਸੀਂ 15 ਇੰਚ ਮੂਰੀ ਰੱਖੋ ਠੀਕ ਹੈ 28 ਇੰਚ ਆ ਗਿਆ ਤਾਂ 16 ਇੰਚ ਮੂਰੀ ਰੱਖੋ ਫਿਰ ਤੁਹਾਨੂੰ ਮੂਰੀ ਪੱਟ 2 ਇੰਚ 1.5 ਰੱਖ ਲਓ ਚਾਹੀ ਜੇ ਜਿਆਦਾ ਵੱਡੀ ਲੱਗਦੀ ਹੈ 1.5 ਇੰਚ ਰੱਖ ਲਓ ਖੁੱਲੀ ਡੁੱਲੀ ਰਹੇ ਮੂਰੀ ਅੰਦਰੋਂ ਆਪਾਂ ਨੂੰ ਬਸ ਤੰਗ ਨਾ ਕਰੇ ਬੈਠਦੇ ਉੱਠਦੇ ਆਣ ਨੂੰ ਠੀਕ ਹੈ 1.5 ਇੰਚ ਜਿਆਦਾ ਰੱਖ ਲਓ ਜਿੰਨਾ ਥੋੜਾ ਪੱਟ ਫੋਲਡ ਹੋ ਕੇ ਆ ਗਿਆ ਠੀਕ ਹੈ ਤੇ ਹੁਣ ਆਪਾਂ 24 ਇੰਚ ਦਾ ਲਾਉਨੇ ਆ 24 ਇੰਚ ਫੋਲਡ ਕਰਨ ਤੋਂ ਬਾਅਦ ਆਪਾਂ 14 ਇੰਚ ਮੂਰੀ ਲਾਵਾਂਗੇ ਇਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਬੈਠੋ ਉੱਠੋ ਜਿੰਦਾ ਮਰਜ਼ੀ ਖੁੱਲਾ ਢੁਲਾ ਤੁਹਾਡੇ ਮੇਚ ਆਊਗਾ ਤੇ ਤੰਗ ਜਿਆ ਨਹੀਂ ਹੋਊਗਾ ਠੀਕ ਆ ਸਾਢੇ 13 ਵੀ ਕਰ ਸਕਦੇ ਹੋ ਤੇ 14 ਇੰਚ ਦੇ ਉੱਤੇ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਠੀਕ ਆ ਤੇ ਹੁਣ ਆਪਾਂ ਨੇ ਇਦਾਂ ਕਰਕੇ ਆਪਣੀਆਂ ਮੂਹ ਪੱਟ ਮਣ ਕੇ ਮੂਰੀਆਂ ਕੱਢ ਲੈਣੀਆਂ ਨੇ ਜਦੋਂ ਆਪਾਂ ਮੂਰੀਆਂ ਕੱਢ ਲਾਂਗੇ ਇਦਾਂ ਕਰਕੇ ਆਪਣੀ ਮੂਰੀ ਦਾ ਨਿਸ਼ਾਨ ਇਹ ਹੋ ਗਿਆ ਤੇ ਦੋਨੇ ਮੂਰੀ ਆਉਣਗੀਆਂ ਨਾ ਤੇ ਹੁਣ ਜੇ 14 ਇੰਚ ਆਪਾਂ ਮੂਰੀ ਰੱਖਾਂਗੇ ਤਾਂ 14 14 28 ਇੰਚ ਤਾਂ ਆਪਣਾ ਮੂਰੀਆਂ ਦਾ ਹੋ ਗਿਆ ਆ ਦੇਖੋ 28 ਇੰਚ ਤਾਂ ਆਪਾਂ 28 ਇੰਚ ਤੇ ਤਾਂਪ ਮੁਰੀਆਂ ਦਾ ਲਾਤਾ ਇੰਨਾ ਕਪੜਾ ਤਾਂ ਆਪਣਾ 28 ਇੰਚ ਤੇ ਤਾਂ ਇਹ ਮੁਰੀਆਂ ਆ ਜਾਣੀਆਂ ਨੇ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਹੁਣ ਸੈਂਟਰ 'ਚ ਜਿਹੜਾ ਕਪੜਾ ਆਊਗਾ ਸੈਂਟਰ 'ਚ ਆਪਾਂ ਘੱਟ ਤੋਂ ਘੱਟ 7 ਜਾਂ 7.5 ਇੰਚ ਆਪਾਂ ਸੈਂਟਰ ਦੇ ਵਿੱਚੋਂ ਇਹਨਾਂ ਪਾ ਰੱਖਦੇ ਹੁੰਨੇ ਆ ਹਾਂ ਉਹ ਵਾਲਾ ਰੱਖਾਂਗੇ ਠੀਕ ਹੈ 28 ਦੇ ਵਿੱਚ ਹੁਣ ਆਪਾਂ ਹੁਣ ਸੈਂਟਰ 'ਚ ਆਪਾਂ 8 ਇੰਚ ਹੀ ਲਾ ਲਓ 7.5 8 ਇੰਚ 8 ਇੰਚ ਵੀ ਲਾ ਲਿਆ ਤੇ ਆਪਾਂ ਹੁਣ 28 ਦੇ ਵਿੱਚ 8 ਇੰਚ ਪਾਈ ਤਾਂ ਪਾ 36 ਇੰਚ ਆਪਣਾ ਕਸ਼ਹਿਰਾ ਬੰਨਣ ਤੋਂ ਬਾਅਦ 36 ਇੰਚ ਇਧਰ ਨੂੰ ਹੋਣਾ ਚਾਹੀਦਾ ਠੀਕ ਆ 36 ਇੰਚ ਆਪਣਾ ਇਧਰ ਨੂੰ ਹੋਣਾ ਚਾਹੀਦਾ ਠੀਕ ਆ ਤੇ ਹੁਣ ਜਦ ਆਪਾਂ ਇਹ ਕੱਪੜੇ ਦੀ ਕਟਿੰਗ ਕਰਨੀ ਆ ਤਾਂ ਫਿਰ ਆਪਾਂ 36 ਇੰਚ ਤੋਂ 4 ਇੰਚ ਕੱਟ ਹੀ ਰੱਖਾਂਗੇ ਠੀਕ ਹੈ ਨਾ 36 ਇੰਚ ਚੋਂ ਹੁਣ 4 ਇੰਚ ਕੱਢ ਦੋ 36 ਇੰਚ ਐਸ ਨੂੰ ਆਪਾਂ ਰੱਖਾਂਗੇ ਠੀਕ ਆ ਤੇ ਇਹ ਦੇ ਚੋਂ ਹੁਣ ਆਪਾਂ 36 ਇੰਚ ਚੋਂ 4 ਇੰਚ ਚੇਪਾ ਕੱਟ ਰੱਖਾਂਗੇ ਠੀਕ ਹੈ 36 ਜੋ ਆਪਾਂ 4 ਇੰਚ ਕੱਢ ਦਾਂਗੇ 32 ਇੰਚ ਦੇ ਉੱਤੇ ਇੱਥੋਂ ਤੇ ਲੈ ਕੇ ਇਦਾਂ ਕਪੜਾ ਫੋਲਡ ਕਰਨੀ ਨਾ ਕਰਨੀ ਜੋੜ ਕੇ ਇੱਥੋਂ ਤੇ ਲੈ ਕੇ ਆਪਾਂ ਪੂਰੀ 32 ਇੰਚ ਦੇ ਉੱਤੇ ਨਿਸ਼ਾਨੀ ਲਾ ਲੈਣੀ ਹੈ ਇਧਰੋਂ ਵੀ ਤੇ 32 ਇੰਚ ਆਪਾਂ ਨੇ ਉਧਰੋਂ ਇੱਥੋਂ ਲਾ ਕੇ 32 ਇੰਚ ਤੇ ਇਥੋਂ ਲਾ ਕੇ ਆਪਾਂ ਇਹ ਕੱਪੜਾ 4 ਇੰਚ ਘੱਟ ਕਟਿੰਗ ਕਰਨਾ ਕਿਉਂਕਿ ਜਦੋਂ ਆਪਾਂ ਇਹਦਾ ਬੱਗ ਬਣਾ ਕੇ ਆਪਾਂ ਇਹਦੀ ਕਟਿੰਗ ਕਰਕੇ ਇਹਨੂੰ ਕਸ਼ਹਿਰਾ ਬਣ ਕੇ ਆਉਣਾ ਤਾਂ ਇਹਨੇ 4 ਇੰਚ ਜ਼ਿਆਦਾ ਹੀ ਵੱਧ ਜਾਣਾ 4-5 ਇੰਚ ਵੀ ਵੱਧ ਸਕਦਾ ਠੀਕ ਆ ਇਹ 4 ਹੈ 4-5 ਇੰਚ ਨੇ ਵੱਧ ਜਣਾ ਆਪਣਾ 36 ਇੰਚੇ ਨੇ ਐਸ ਲੋਟ ਨੂੰ ਕਸ਼ਹਿਰਾ ਬਣ ਜਾਣਾ 32 ਇੰਚ ਰੱਖਿਆ ਹੋਇਆ ਠੀਕ ਆ ਇਹ ਤਾਂ ਆਪਣਾ ਇੱਧਰ ਨੂੰ ਹੋ ਜਾਊਗਾ ਤੇ ਫੇਰ ਜਿਹੜਾ ਆਪਾਂ ਜਦੋਂ ਆਪਣਾ ਕਸ਼ਹਿਰਾ ਬਣ ਕੇ ਆ ਗਿਆ ਤੇ ਜਿਹੜੇ ਆਪਣੇ ਆ ਇਧਰੋਂ ਮੂਰੀਆਂ ਕਰਨੀਆਂ ਇਧਰੋਂ ਮੂਰੀਆਂ ਕੰਨੀਓ ਮੈਂ ਤੁਹਾਨੂੰ ਕਸ਼ਹਿਰਾ ਹੀ ਦਿਖਾਉਣੀ ਆ ਆ ਦੇਖੋ ਇਧਰੋਂ ਆ ਮੂਰੀਆਂ ਕੰਨੀਓ ਆ ਜਿਹੜਾ ਗੋਡੇ ਤੇ ਨੂੰ ਆਉਣਾ ਠੀਕ ਆ ਤੇ ਇਹ ਵਾਲਾ ਜਦੋਂ ਆਪਾਂ ਇਦਾਂ ਆਪਣਾ ਬਣ ਕੇ ਆਜੂ ਬੱਗ ਬਣ ਕੇ ਨਿਕਲੇ ਉਹ ਕਸ਼ਹਿਰਾ ਬਣ ਕੇ ਨਾ ਐਸ ਲੋਟ ਬਣ ਕੇ ਆਊਗਾ ਤੇ ਇਹ ਦੇਖੋ ਇਦਾਂ ਜਿਹੜਾ ਕਸ਼ਹਿਰਾ ਬਣ ਕੇ ਜਦੋਂ ਨਿਕਲਣਾ ਇਹ ਐਸ ਲੋਟ 36 ਹੈ 36 ਇੰਚ ਆਪਾਂ ਤਿਆਰ ਰੱਖਣਾ ਤੇ 32 ਇੰਚ ਆਪਾਂ ਇਹਦੀ ਕਟਿੰਗ ਕਰ ਲਈ ਕਟਿੰਗ ਕਰਨ ਤੋਂ ਬਾਅਦ ਜਦੋਂ ਬੱਗ ਬਣਾ ਕੇ ਤੇ ਆਪਾਂ ਇਦਾਂ ਕਸ਼ਹਿਰਾ ਬਣ ਕੇ ਆਉਂਦਾ ਵਾ ਤੇ ਫਿਰ ਆਪਣਾ 4 5 ਇੰਚ ਵੱਧ ਜਾਣਾ ਇਹਨੇ 4 ਇੰਚ ਤੇ ਇਸ ਲਈ ਫਿਰ ਆਪਣਾ ਇਹ 36 ਇੰਚ ਸਲੂਟ ਨੂੰ ਹੋ ਜਾਊਗਾ ਤੇ ਆਹ ਵਾਲੀ ਚੀਜ਼ੇ ਜਿਹੜੀ ਹੁਣ ਆਪਣਾ ਆ ਪਨਾਵਾ 17 17.5 ਇੰਚ ਇਹ ਇਧਰ ਨੂੰ ਫੋਲਡ ਕਰਿਆ ਹੋਇਆ ਆਪਣਾ ਇਹ ਪਨਾ ਇਸ ਹਿਸਾਬ ਦੇ ਨਾਲ ਇਹ ਆਪਣਾ ਕਸ਼ਹਿਰਾ ਇਥੋਂ ਨੇਫਾ ਮੋੜ ਕੇ ਮੂਰੀ ਮੂਰੀ ਕੇ ਸਾਰਾ 12 ਇੰਚ ਤਿਆਰ ਹੋ ਰਹਿ ਜਾਣਾ ਠੀਕ ਆ 11 ਜਾਂ 12 ਇੰਚ ਤਿਆਰ ਹੋ ਰਹੂਗਾ ਆ ਦੇਖੋ 11 ਇੰਚ ਠੀਕ ਆ ਨੇਫਾ ਮੋੜਨ ਤੋਂ ਬਾਅਦ ਤੇ ਜੇਕਰ ਤੁਸੀਂ ਆ ਗੋਡੇ ਤੋਂ ਇਥੋਂ ਘੱਟ ਰੱਖਣਾ ਚਾਹੁੰਦੇ ਹੋ ਮੂ 8 9 ਜਾਂ 10 ਕੈਂਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਜਦੋਂ ਇਹ ਬੱਗ ਬਣੇ ਕੇ ਆਇਆ ਹੋਊਗਾ ਆਪਣਾ ਨਾ ਇਧਰੋਂ ਮੂਰੀ ਕੰਨੀਓ ਇਧਰੋਂ ਇਹ ਫੋਲਡ ਸਾਈਡ ਤੋਂ ਨਹੀਂ ਇਹ ਆਪਾਂ ਸੈਂਟਰ 'ਚ ਰੱਖਾਂਗੇ ਝੋਲੀ ਰੱਖਾਂਗੇ ਠੀਕ ਹੈ ਤੇ ਇਧਰੋਂ ਆਪਦਾ ਥੋੜਾ ਜਿਹਾ ਅੱਧਾ ਕੈਂਚ ਮੂਰੀ ਵਿੱਚ ਆਊਗਾ ਤੇ ਬਾਕੀ 2 2.5 ਕੈਂਚ ਆਪਣਾ ਨੇਫਾ ਮੁੜੂਗਾ ਤੇ ਉਹ ਰੱਖ ਕੇ ਇਸ ਇਹ ਇਧਰਲੀ ਸਾਈਡ ਤੋਂ ਇਧਰ ਨੂੰ ਇੱਥੇ ਤੱਕ ਨੇਫੇ ਦਾ ਕਿਧਰ ਨੇਫੇ ਤੋਂ ਹੋਰ ਨਹੀਂ ਕਟਿੰਗ ਕਰਨੀ ਹੈਗੀ ਇੱਥੋਂ ਝੋਲੀ ਕੰਨੀ ਨੂੰ ਐਦਾਂ ਕਾਟ ਪਾ ਸਕਦੇ ਹੋ ਤੁਸੀਂ ਠੀਕ ਹੈ ਨਾ ਇਹ ਮੇਰੇ ਕਈ ਵੀਡੀਓ ਪਾਈਆਂ ਵੀ ਹੋਈਆਂ ਨੇ ਮੈਂ ਲਿੰਕ ਵੀ ਭੇਜ ਦੂੰ ਮੈਨੂੰ ਦੱਸ ਦਿਓ ਤੇ ਐਸ ਲੋਟ ਇਹ ਬੀਬੀਆਂ ਦੇ ਕਸ਼ਹਰੇ ਚ ਇਦਾਂ ਨੂੰ ਕਾਟ ਪੈਣੀ ਆ ਤੇ ਜਿਹੜੇ ਬੰਦਿਆਂ ਦੇ ਕਸ਼ਹਰੇ ਹੁੰਦੇ ਨੇ ਉਹਨਾਂ ਦੇ ਗੋਟਿਆਂ ਤੋਂ ਨੀਵੇਂ ਹੁੰਦੇ ਨੇ ਉਹਨਾਂ ਦੇ ਆ ਝੋਲੀ 14 15 ਇੰਚ ਰੱਖ ਕੇ ਨੇਫੇ ਦਾ ਰੱਖ ਕੇ ਉਹ ਆਪਾਂ ਇਧਰ ਨੂੰ ਐਸ ਲੋਟ ਨੂੰ ਕਾਟ ਪੈਂਦੀ ਆ ਉਹ ਵੀ 17 17 18 18 ਇੰਚ ਨੀਵੇਂ ਹੁੰਦੇ ਨੇ ਤੋਂ ਗੋਡੇ ਤੇ ਨੂੰ 19 19 ਇੰਚ ਵੀ ਨੀਵੇਂ ਹੁੰਦੇ ਨੇ ਠੀਕ ਆ ਉਹ ਆਪਾਂ ਇਧਰੋਂ ਨਹੀਂ ਗੋਡੇ ਕੰਨੀਓ ਨਹੀਂ ਕਟਿੰਗ ਕਰਨੀ ਹੈਗੀ ਝੋਲੀ ਕੰਨੀਓ ਕਾਟ ਪਾਉਣੀ ਹੈ ਜਿਹੜੇ ਬੀਬੀਆਂ ਦੇ ਹੁੰਦੇ ਆ ਕਈਆਂ ਨੂੰ ਗੋਡਿਆਂ ਤੋਂ ਨੀਵੇਂ ਜਿਆਦਾ ਹੁੰਦਾ ਵਾ ਤੇ ਐਸ ਲੋਟ ਜੇ ਹੁਣ ਐਸ ਲੋਟ ਨੂੰ ਛੋਟਾ ਕਰ ਦੇਣੀ ਹੈ ਫਿਰ ਝੋਲੀ ਛੋਟੀ ਹੋ ਜੂਗੀ ਝੋਲੀ ਆਪਾਂ ਨਹੀਂ ਇੰਨੀ ਹੀ ਰਹਿ ਤੇ ਇਧਰੋਂ ਗੋਡੇ ਕੰਨੀਓ ਤੁਸੀਂ ਆਪਦੀ ਜਿੰਨਾ ਰੱਖਣਾ ਚਾਹੁੰਦੇ ਹੋ ਇਧਰ ਨੂੰ ਐਸ ਲੋਟ ਨੂੰ ਕਾਟ ਪਾ ਦਿਓ ਝੋਲੀ ਕੰਨੀ ਨੂੰ ਠੀਕ ਆ ਤੇ ਹੁਣ ਜੀ ਨੇ ਕਿਹਾ ਸੀ ਵੀ ਚੋਲੀ ਕਿੰਨੀ ਰੱਖਣੀ ਹੈ ਠੀਕ ਆ ਹੁਣ ਇਹ ਤਾਂ ਦੱਸਦਾ ਆਪਾਂ ਨੂੰ ਪਤਾ ਲੱਗ ਗਿਆ ਪੱਟ ਮਣ ਕੇ ਆਪਣੀ 1.5 ਇੰਚ ਆਪਾਂ ਮੂਰੀ ਜ਼ਿਆਦਾ ਹੀ ਰੱਖਣੀ ਜਿੰਨਾ ਪੱਟ ਆ ਗਿਆ ਠੀਕ ਆ ਤੇ ਬਸ ਆਪਣੀ 1.5 ਇੰਚ ਜ਼ਿਆਦਾ ਰੱਖ ਕੇ ਆਪਣਾ ਆਹ ਮੂਰੀਆਂ ਦਾ ਨਿਕਲ ਆਊਗਾ ਵੀ ਇੰਨਾ ਚਾਹੀਦਾ ਸੈਂਟਰ ਚੋਂ ਆ ਜਿਹੜਾ ਸੈਂਟਰ ਵਾਲੀ ਥਾਂ ਹੁੰਦੀ ਆ ਇੱਥੋਂ ਆਪਣਾ ਸਿਰਫ 7-8 ਇੰਚ ਇਹ ਵਿੱਚ ਐਡ ਕਰ ਲਓ ਤੇ ਇਧਰਲੀ ਮੂਰੀ ਹੋਗੀ ਸਮਝ ਗਏ ਤੇ ਜੇ ਹੁਣ 14 14 ਇੰਚ ਆਪਣੀਆਂ ਮੂਰੀਆਂ ਹੋ ਜਾਣਗੀਆਂ ਤੇ ਸੈਂਟਰ ਚ ਹੋ ਜੂਗਾ ਠੀਕ ਆ ਐਸ ਲੋਡ ਨੂੰ ਆਪਣਾ ਹੁਣ ਕਪੜਾ ਨਿਕਲੇ ਆਏ ਆ ਆਪਾਂ ਕਿੰਨਾ ਰੱਖਣਾ ਤੇਰਾ ਗੋਡੇ ਤੇ ਇਹਨੂੰ ਰੱਖਣਾ ਵਾ ਇਹ ਵੀ ਮੈਂ ਤੁਹਾਨੂੰ ਦੱਸਤਾ ਵੀ ਇੱਥੋਂ ਜਿੰਨਾ ਰੱਖਣਾ ਚਾਹੁੰਦੇ ਤੁਸੀਂ 10 11 ਇੰਚ ਜਿੰਨਾ 9 ਇੰਚ ਵੀ ਰੱਖਣਾ ਚਾਹੁੰਦੇ ਹੋ ਉਹ ਰੱਖ ਕੇ ਨੇਫੇ ਦਾ ਰੱਖ ਕੇ ਤੇ ਉਹ ਆਪਾਂ ਇਧਰ ਨੂੰ ਝੋਲੀ ਕੰਨੀ ਨੂੰ ਕਾਟ ਪਾਉਣੀ ਆ ਦੋਨੇ ਐਦਾਂ ਇਕੱਠੇ ਕਰਕੇ ਠੀਕ ਆ ਆਹ ਵਾਲੀ ਚੀਜ਼ ਆ ਵੀ ਆਪਾਂ ਗੋਡੇ ਤੋਂ ਪਤਾ ਲੱਗੇ ਵੀ ਆਪਾਂ ਇਹ ਆਪਦੀ ਮਰਜ਼ੀ ਨਾਲ ਆਪਾਂ ਜੀ ਜਿਆਦਾ ਨਿਮਨ ਨਹੀਂ ਰੱਖਣਾ ਚਾਹੁੰਦੇ ਗੋਡੇ ਤੇ ਇਹਨੂੰ ਆਪਾਂ ਇਹ ਇਧਰ ਨੂੰ ਕਾਟ ਪਾ ਸਕਦੇ ਹਾਂ ਠੀਕ ਹੈ ਤੇ ਹੁਣ ਆਪਾਂ ਝੋਲੀ ਕਿੰਨੀ ਰੱਖਣੀ ਆ ਇਹ ਹੁਣ ਆਪਣੀ हिਪ ਦੇ ਹਿਸਾਬ ਦੇ ਨਾਲ ਜੀ ਕਈ ਵਾਰ ਆਪਣਾ ਭਾਰੀ ਨਾਪ ਹੁੰਦਾ ਠੀਕ ਹੈ ਤੇ ਭਾਰੀ ਨਾਪ ਹੁੰਦਾ ਫੇਰ ਤਾਂ ਇਹ 14 14 ਇੰਚ ਆਹ ਵਾਲੀ ਚੀਜ਼ ਇਥੋਂ 14 ਇੰਚ ਝੋਲੀ ਵੀ ਹੋ ਸਕਦੀ ਆ ਠੀਕ ਹੈ ਤੇ ਜੇ ਬਹੁਤ ਜ਼ਿਆਦਾ ਭਾਰੀ ਨਾ ਪਾਤਾ 15 ਇੰਚ 15 ਇੰਚ ਬੰਦਿਆਂ ਵਾਲੀ ਜਿਹੜੇ ਕਸ਼ਹਰੇ ਬਣਾਉਂਦੀਆਂ ਮੈਂ ਕਈ ਵਾਰੀ ਭਾਰੀ ਬੀਬੀਆਂ ਹੁੰਦੀਆਂ ਨੇ ਉਹ ਵੀ ਲੈ ਜਾਂਦੀਆਂ ਨੇ ਫਿਰ ਭਾਰੇ ਬੰਦੇ ਵਾਲੀ ਕਸ਼ਹਰੇ ਲੈ ਜਾਂਦੀਆਂ ਨੇ ਭਾਈਆਂ ਵਾਲੇ ਤੇ ਕਿਉਂਕਿ ਉਹਨਾਂ ਦੀ ਆ ਝੋਲੀ ਜ਼ਿਆਦਾ ਹੁੰਦੀ ਨਾ ਮੈਂ ਬੰਦਿਆਂ ਦੀ 15.5 15 ਇੰਚ ਵੀ ਰੱਖ ਦਿੰਦੀ ਆ ਝੋਲੀ ਠੀਕ ਆ ਤੇ ਸਾਢੇ ਉਹ ਜਿਹੜੇ ਭਾਰੀ ਪੂਰੇ ਬੰਦਿਆਂ ਦੇ ਇੱਕ ਕਸ਼ਹਰੇ ਹੁੰਦੇ ਨੇ ਤੇ ਆਹ ਵਾਲੀ ਚੀਜ਼ ਉਹਨਾਂ ਦੀ 19 19 ਇੰਚ ਹੁੰਦੀ ਹੈ ਤੇ ਇੱਥੋਂ 15 ਸਾਡੇ 15 ਇੰਚ ਝੋਲੀ ਰੱਖ ਕੇ ਐਸ ਲੋਟ ਬਣਾਉਣੀ ਆ ਤੇ ਪੂਰੇ ਭਾਰੀ ਬਾਕੀ ਆਮ ਬੰਦਿਆਂ ਦੇ ਵਿੱਚ 14 14 14.5 ਇੰਚ ਝੋਲੀਆਂ ਰੱਖਦੀਆਂ ਤੇ ਬੀਬੀਆਂ ਜਿੰਨੀਆਂ ਵੀ ਮੇਥੋਂ ਸਾਰੇ ਕਸ਼ੇਰੇ ਲੈ ਕੇ ਜਾਂਦੀਆਂ ਨੇ ਉਹਨਾਂ ਦੀ ਆ ਵਾਲਾ ਜਿਹੜਾ ਕਸ਼ੇਰਾ ਐਸ ਲੋਟ ਬਣ ਕੇ ਆ ਜਾਣਾ ਬਸ ਉਹਦੀ 12 ਜਾਂ 12 13 ਇੰਚ ਮੁਰੀ ਝੋਲੀ ਹੁੰਦੀ ਆ ਠੀਕ ਆ ਤੇ 12 13 ਇੰਚ ਝੋਲੀ ਆਪਣੇ ਬਿਲਕੁਲ ਸੈੱਟ ਆ ਜਾਂਦੀ ਆ ਠੀਕ ਆ ਤੇ 14 15 ਇੰਚ ਆਹ ਚੀ ਜਿਹੜੀ ਝੋਲੀ ਆਉਗੀ ਇਹ ਪੂਰੀਆਂ ਭਾਰੀਆਂ ਬਹੁਤ ਜ਼ਿਆਦੇ ਭਾਰਾ ਨਾਪ ਹੁੰਦਾ ਜਿਵੇਂ ਅ ਕਮੀਤ ਲਈ ਹੋਈ ਆਪਣੀ ਹੈਪ ਜਿਵੇਂ 30 30 ਇੰਚ ਹੈਪਨੀ ਹੁੰਦੀ ਉਹ ਉਹਦਾ ਭਾਰੀਆਂ ਭਾਰੀਆਂ ਬੀਬੀਆਂ ਦੇ ਬਣਾਉਣੇ ਨੇ ਫਿਰ ਉਹ 15 15 ਇੰਚ ਝੋਲੀ ਵਾਲੇ ਕਸ਼ੇਰੇ ਪਾਉਂਦੀਆਂ ਨੇ ਠੀਕ ਹੈ ਤੇ ਇਹ ਵਾਲੀ 12 13 ਇੰਚ ਝੋਲੀ ਬਿਲਕੁਲ ਮੀਡੀਅਮ ਸਾਈਜ਼ ਦੇ ਉੱਤੇ ਬਿਲਕੁਲ ਸੈੱਟ ਆਉਗੀ ਤੇ ਜੇਕਰ ਆਪਣੀ 36 ਇੰਚ ਹੈਪਾ ਮੰਨ ਲਓ ਵੀ ਸਾਰੀ ਹੋਈ ਹੈ ਨਾ ਐਦਾਂ ਨੂੰ ਫੋ ਸਾਰੀ ਰਾਂਗੂੜੀ ਛੇਪ ਚ ਬਾਡੀ ਮੇਜ਼ਰਮੈਂਟ ਦੇ ਹਿਸਾਬ ਨਾਲ 36 ਕਜ ਮੰਨ ਲਓ ਵੀ ਤੁਸੀਂ ਹਾਫ ਲਾਈਏ 18 19 ਇੰਚ ਹੈ ਕਮੀਜ਼ ਨੂੰ ਰੱਖ ਕੇ ਆਪ ਲਈਏ ਨਾ ਆਪ ਤੇ ਫਿਰ ਇਹ 11 ਇੰਚ 11 ਇੰਚ ਝੋਲੀ ਵੀ ਆਪਾਂ ਨੂੰ ਸੈੱਟ ਆ ਜੂਗੀ ਠੀਕ ਹੈ ਤੇ ਮੀਡੀਅਮ ਸਾਈਜ਼ ਦੀ ਇਹ 12 13 ਇੰਚ ਝੋਲੀ ਸਭ ਦੇ ਬਿਲਕੁਲ ਸੈੱਟ ਹੁੰਦੀ ਆ ਤੇ ਜਿਹੜੇ ਬਹੁਤ ਜ਼ਿਆਦੇ ਭਾਰੀ ਨਾਪ ਹੁੰਦੇ ਨੇ ਉਹ 15 15 ਇੰਚ ਝੋਲੀ ਹੋ ਜਾਂਦੀ ਆ ਠੀਕ ਆ ਉਹ ਜਦੋਂ ਫਿਰ ਆਪਾਂ ਜੇ ਪਰ 15 ਇੰਚ ਝੋਲੀ ਬਣਾਉਣੀ ਆ ਫਿਰ ਆਪਣੀ ਜਿਹੜੇ ਭਾਰੀਆਂ ਬੀਬੀਆਂ ਦੀ ਬਣਾਉਣੇ ਆ ਫਿਰ ਉਹ ਐਸ ਲੋਟ ਨੂੰ ਨਹੀਂ ਐਸ ਲੋਟ ਨੂੰ ਨਹੀਂ ਬਣਾਣਾ ਹੈਗਾ ਜਿਵੇਂ ਆਪਾਂ ਕਰਨੀਆਂ ਜੋੜ ਕੇ ਬਣਾਇਆ ਇੱਥੇ ਤੱਕ 13 ਇੰਚ ਝੋਲੀ ਰੱਖਣੀ ਆ ਤਾਂ ਆਪਾਂ ਇਦਾਂ ਕੱਪੜਾ ਫੋਲਡ ਕਰਨਾ ਕੰਨੀਆਂ ਨਾਲ ਜੋੜ ਕੇ ਠੀਕ ਆ ਫਿਰ ਜੇ 12 ਜਾਂ 13 ਇੰਚ ਝੋਲੀ ਰੱਖਣੀ ਆਪਾਂ ਨੇ ਠੀਕ ਆ ਤੇ ਇਦਾਂ ਬੀਬੀਆਂ ਦੇ ਸਾਰੇ ਕਿਸੇਾਰੇ ਮੈਂ ਇਦਾਂ ਬਣਾਉਣੀ ਆ ਤੇ 11 11 ਕ ਇੰਚ ਆਪਣੇ ਗੋਡੇ ਦੇ ਤੱਕ ਆਰਾਮ ਨਾਲ ਆਉਂਦਾ ਵਾਹਾ ਵਾਲੀ ਚੀਜ਼ 11 12 ਇੰਚ ਆ ਜਾਂਦੀ ਆ ਆਹ ਵਾਲੀ ਚੀਜ਼ ਠੀਕ ਆ ਤੇ ਜੇ ਫਿਰ ਆਪਾਂ ਭਾਰੀ ਨਾਪਦੇ ਬਣਾਉਣੇ ਆ ਫਿਰ ਆਪਾਂ ਨੇ ਐਸ ਲੋਟ ਕੱਪੜਾ ਕਰਕੇ ਨਾ ਐਸ ਲੋਟ ਨੂੰ ਫੋਲਡ ਕਰਨਾ ਵਾ ਤਾਂ ਫਿਰ ਆਪਾਂ ਕੱਪੜਾ ਐਸ ਲੋਟ ਨੂੰ ਫੋਲਡ ਕਰ ਲੈਣਾ ਠੀਕ ਆ ਇਹਦੇ ਨਾਲ ਫਿਰ ਜੇ ਨੀਚੇ ਨੂੰ ਹੋਰ ਜ਼ਿਆਦਾ ਆਪਾਂ ਨੂੰ ਲੰਬਾ ਚਾਹੀਦਾ ਵਾ ਠੀਕ ਆ ਬਾਕੀ ਮੈਂ ਤੁਸੀ ਨਾ ਆਪਦੀ ਇਸਰਫ ਇੱਕ ਪੱਟ ਦਾ ਨਾਪ ਤੇ ਇੱਕ ਹੈਪ ਦਾ ਨਾਪ ਮੈਨੂੰ ਕਮੈਂਟ ਚ ਲੈ ਕੇ ਦੱਸ ਦਿਆ ਕਰੋ ਮੈਂ ਤੁਹਾਨੂੰ ਸਾਰਾ ਦੱਸ ਦੂੰਗੀ ਕਿੰਨਾ ਤੁਸੀਂ ਰੱਖ ਕੇ ਕਿਵੇਂ ਕਟਿੰਗ ਕਰਕੇ ਕਿਦਾਂ ਕੁਸ਼ਹਿਰੇ ਬਣਾਉ ਠੀਕ ਆ ਤੇ ਮੇਰਾ ਕੰਮ ਬਸ ਕਸ਼ਹਿਰਿਆਂ ਦਾ ਹੀ ਆ ਮੈਂ ਕਸ਼ਹਿਰੇ ਬਣਾਉਣੀ ਆ ਪਜਾਮੇ ਬਣਾਉਣੀ ਆ ਕਸ਼ਹਿਰੇ ਤੇ ਇਹ ਬਣਾ ਕੇ ਵੇਚਦੀ ਆ ਤੇ ਹਾਂਜੀ ਤੇ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਇੱਕ ਸ਼ਹਿਰੇ ਦੇ ਵਿੱਚੋਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਮੈਂ ਤੁਹਾਡੀ ਹਰ ਪ੍ਰੋਬਲਮ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ